ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਕਿ ਪਹਿਲਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਉਸ ਨੌਜਵਾਨ ਦੀ ਰੇਕੀ ਕੀਤੀ ਜਾਂਦੀ ਹੈ। ਰੇਕੀ ਕਰਨ ਤੋਂ ਬਾਅਦ ਜਿਵੇਂ ਇਹ ਨੌਜਵਾਨ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਇਸ ਦੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦੇ ਬਾਰੇ ਸੂਚਿਤ ਕੀਤਾ ਜਾਂਦਾ ਹੈ ਅਤੇ ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਆਪਣੇ ਬੇਟੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਉੱਥੇ ਇਲਾਜ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਉਸਦੀ ਮੌਤ ਹੋ ਗਈ। ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਸੜਕ ਦੇ ਉੱਤੇ ਹੀ ਜਾਮ ਲਗਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਤਾਂ ਪਠਾਨਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਇੱਕ ਨੌਜਵਾਨ ਦਾ ਸ਼ਰੇਆਮ 4 ਬਦਮਾਸ਼ਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਬੁਲਟ ਦੇ ਉੱਤੇ ਸਵਾਰ ਹੋ ਕੇ ਆਏ ਇਹ ਬਦਮਾਸ਼ ਦੱਸੇ ਜਾ ਰਹੇ ਨੇ ਜੋ ਕਿ ਪਹਿਲਾਂ ਇਸ ਮੁੰਡੇ ਦੀ ਰੇਕੀ ਵੀ ਕਰ ਰਹੇ ਸੀ। ਤਾਂ ਦੱਸ ਦਈਏ ਕਿ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਕੁਝ ਲੋਕਾਂ ਦੇ ਉੱਤੇ ਸ਼ੱਕ ਵੀ ਜ਼ਾਹਿਰ ਕੀਤਾ ਗਿਆ ਅਤੇ ਇਸ ਦੀ ਸੂਚਨਾ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ। ਮੌਕੇ ਦੇ ਉੱਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਨਾਮ ਮੋਨਾ। ਕੀ ਗੱਲਬਾਤ ਹੋਈ ਹੈ? ਹਾਲੇ ਜਦੋਂ ਆਈ ਉਧਰ ਗਈ ਨਾ ਹਸਪੀਟਲ, ਉੱਥੇ ਮੈਨੂੰ ਮੁੜੇ ਲੱਭੇ ਸੀ, ਚਾਰਾਂ ਨੇ ਸੇਮ ਰੰਗ ਦੇ ਕੱਪੜੇ ਪਾਏ ਦੇ ਸੀ ਤੇ ਬੁਲਟ ਤੇ ਹੀ, ਪਰ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ। ਉਹ ਪਿੱਛਾ ਕਰਦੇ ਪਏ ਸੀ ਸਾਡਾ, ਇੰਨਾ ਨੀ ਮੈਨੂੰ ਪਤਾ, ਨਾਂ ਨੀ ਪਤਾ। ਮੈਂ ਘਰ ਦੀ ਬਾਹਰ ਨਿਕਲਦੀ, ਮੈਨੂੰ ਜਾਣ ਪਹਿਚਾਣ ਨਹੀਂ ਹੈ। ਰਾਤ ਨੂੰ ਪਤਾ ਨੀ ਮੈਂ ਘਰ ਨਹੀਂ, ਮੈਨੂੰ ਤੇ ਛੱਡ ਕੇ ਆਏ ਦੀ ਉੱਥੇ ਆਪੇ, ਆਪੇ ਰਾਤ ਫੋਨ ਕਰਕੇ ਬੁਲਾਈ, ਆਪੇ ਛੱਡ ਕੇ ਆਏ ਦੀ, ਮੈਨੂੰ ਕੁਛ ਨੀ ਪਤਾ। ਮੈਂ ਹੀ ਕਹਿੰਦੀ ਜੋ ਸਾਡੇ ਨਾਲ ਸਾਨੂੰ ਇਨਸਾਫ ਮਿਲਣਾ ਚਾਹੀਦਾ, ਬਸ ਬਸ ਮੇਰਾ ਚਾਹੀਦੀ ਆ, ਬਸ ਮੇਰਾ ਬੰਦਾ ਮੇਰੇ ਕੋ ਆ ਜਾਏ ਬਸ। ਉਹ ਜਿੱਦਾਂ ਜੋ ਉਹਨਾਂ ਨਾਲ ਕਰਨਾ ਚਾਹੁੰਦੇ ਉਹ ਪੁਲਿਸ ਕਰੇ, ਜੋ ਮਰਜ਼ੀ ਕਰੇ, ਭਾਵੇਂ ਉਹਨਾਂ ਨੂੰ ਫਾਂਸੀ ਹੋਏ, ਭਾਵੇਂ ਵੱਡੇ, ਭਾਵੇਂ ਜੋ ਮਰਜ਼ੀ ਹੋਏ, ਜੇ ਪੁਲਿਸ ਨਹੀਂ ਕਰੇਗੀ ਫਿਰ ਅਸੀਂ ਕਰਾਂਗੇ, ਜੇ ਪੁਲਿਸ ਨਹੀਂ ਕਰੇਗੀ ਫਿਰ ਅਸੀਂ ਕਰ ਲਾਂਗੇ। ਰਾਤੀ ਨਾ ਇੱਧਰ ਵਾਲੀ ਸਾਈਡ ਗਏ ਸੀ, ਇੱਦਾਂ ਹੀ ਆਪਣੇ ਜਿੱਦਾਂ ਕਿਸੇ ਦੋਸਤ ਨੂੰ ਮਿਲਣ ਗਏ ਸੀ, ਸਿਗਰਟ ਪੀਣ ਗਏ ਸੀ ਇੱਧਰ, ਤੇ ਕੀ ਕਹਿੰਦੇ ਉਧਰੋਂ ਪਿੱਛੋਂ ਦੀ ਕਿਸੇ ਨੇ ਦਾਤਰ ਮਾਰਤੇ, ਇੱਦਾਂ ਥੋੜੀ ਕਰਨਾ ਚਾਹੀਦਾ। ਉਹਦਾ ਮੁੰਡਾ ਆ, ਛੋਟਾ ਜਿਹਾ ਮੁੰਡਾ, ਮੁੰਡਾ ਦੇਖੋ ਤੇ ਉਹਦੀ ਜਨਾਨੀ ਦੇਖੋ, ਹਾਏ 6-7 ਮਹੀਨੇ ਦਾ ਮੁੰਡਾ ਆ, ਉਹਨੇ ਕਿੱਥੇ ਲੈ ਜਾਣਾ, ਕੀ ਕਰਨਾ ਹੋਊਗਾ। ਹਾਂ ਇਹ ਕੀ ਨਾਮ ਹੈ, ਕੈਮਰਿਆਂ ਚ ਉਹਨਾਂ ਨੇ ਵੀਡੀਓ ਹਟਾ ਦੇ ਦੀ ਹੈ, ਕੀ ਕਹਿੰਦੇ ਵੀਡੀਓ ਸਾਰੀ ਬਣੀ ਦੀ ਸੀ ਰਾਤੀ, ਮਤਲਬ ਨਹੀਂ ਤੁਸੀਂ ਆਪੇ ਦੇਖੋ, ਜਿਹੜੀ ਕੀ ਕਹਿੰਦੇ ਮੂੰਹ ਦੇ ਨਿਸ਼ਾਨ ਪਏ ਦੇ, ਨੀਲ ਦੇ ਨਿਸ਼ਾਨ ਪਏ ਦੇ, ਕੀ ਕਹਿੰਦੇ ਅੱਖਾਂ ਜਿਹੜੀਆਂ ਨੀਲੀਆਂ ਹੋਈਆਂ ਉਹ ਇਦਾਂ ਹੀ ਹੋ ਜਾਂਦੀਆਂ, ਉਹ ਮਤਲਬ ਕਿ ਐਕਸੀਡੈਂਟ ਕਰਕੇ ਹੁੰਦੀ ਆ, ਉਹ ਤੇ ਮਾਰ ਕੇ ਹੀ ਹੁੰਦੀ ਆ। ਹਾਂ ਮੈਨੂੰ ਪੂਰਾ ਪੂਰਾ ਸ਼ੱਕ ਆ, ਜਿਹੜਾ ਯੂਵੀ ਆ ਉਹਨੇ ਮਾਰਿਆ, ਫਿਰ ਜਿਹੜਾ ਸੋਪੀ ਆ ਉਹਨੇ ਮਾਰਿਆ, ਇੱਕ ਆਹ ਮੰਡੀ ਜਿਹੜੇ ਕਾ ਮੰਡੀ, ਫਿਰ ਇੱਕ ਮੁੰਡਾ ਆ ਲੱਡਾ ਲੱਡਾ ਉਹਨੇ ਮਾਰਿਆ। ਕੀ ਕਾਰਨ ਸੀਗਾ, ਕੋਈ ਰੰਜੀ ਸੀਗੀ ਪੁਰਾਣੀ, ਰੰਜੀ ਸੀ ਪੁਰਾਣੀ ਰੰਜੀ